ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਟਰੈਕਟਰ B R 2 ਤੇ ਤੇ ਬਾਜੀ ਜੇ ਕਿਸੇ ਨੇ ਕੋਈ ਐਡ ਲਵਾਉਣੀ ਹੈ ਫ੍ਰੀ ਦੇ ਵਿੱਚ ਸਾਡੇ ਹੈਲਪਿੰਗ ਨੰਬਰ ਨੋਟ ਕਰ ਲਓ ਜੀ 7740945620 ਪੰਜ ਤੋਂ 10 ਫੋਟੋਆਂ ਭੇਜ ਕੇ ਤੁਸੀਂ ਕੋਈ ਵੀ ਐਡ ਫ੍ਰੀ ਦੇ ਵਿੱਚ ਲਵਾ ਸਕਦੇ ਹੋ ਜੀ ਤੇ ਬਾਜੀ ਸਾਨੂੰ ਪਹਿਲਾਂ ਗੱਲ ਕਰਦੇ ਹਾਂ ਬਾਜੀ ਅੱਜ ਸੀਲ ਦੇ ਵਿੱਚ ਲੈ ਕੇ ਆਇਆ ਸੋਨਾਲੀ ਘਾਡੀ 60 D I G ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2002 ਮਾਡਲ ਹੈ ਜੀ ਇਹ ਟਰੈਕਟਰ ਪੂਰਾ ਸਾਫ਼ ਸੰਭਾਈ ਦੇ ਵਿੱਚ ਰੱਖਿਆ ਹੋਇਆ ਜੀ ਟਾਇਰ ਵਗੈਰਾ ਵਧੀਆ ਪਏ ਨੇ ਜੀ ਟਰੈਕਟਰ ਦੇ ਕੋਈ ਰਿਪੇਅਰ ਨਹੀਂ ਭਾਲਦਾ ਕੋਈ ਇੰਜਨ ਦੀ ਨਹੀਂ ਕੋਈ ਗੇਅਰ ਦੀ ਨਹੀਂ ਕੋਈ ਮਗਰਲੇ ਹਿੱਸੇ ਤੋਂ ਬਾਜ ਵਗੈਰਾ ਹੈ ਨਹੀਂ ਗੀ ਏਰੀਆ ਬਾਈ ਜੀ ਹੈਗਾ ਤਲਵੰਡੀ ਤਲਵੰਡੀ ਭਾਈ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 65000 ਰੁਪਇਆ ਡਿਮਾਂਡ ਆ ਤੇਰੇ ਵਿੱਚੋਂ ਥੋੜਾ ਬਹੁਤਾ ਮੌਕੇ ਤੇ ਅਡਜਸਟਮੈਂਟ ਕੀਤੀ ਜਾਊਗੀ ਤੇ ਨੰਬਰ ਬਾਈ ਜੀ ਮਾਲਕਾਂ ਦੇ ਸਕਰੀਨ ਦੇ ਹਲੇ ਸ਼ੋ ਹੋ ਰਹੇ ਨੇ ਜੀ ਉਹਨਾਂ ਤੇ ਤੁਸੀਂ ਫੋਨ ਲਾ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਇੱਕ ਬਾਈ ਜੀ ਜਿਹੜੀ ਤੁਹਾਡੀ ਕੰਪਲੇਂਟ ਆ ਕਿ ਰੇਟ ਜ਼ਿਆਦੇ ਆ ਬਾਈ ਉਹ ਮਾਲਕ ਵੀਰਾਂ ਆ ਲਿਖੋ ਦੱਸੀ ਹੋਈ ਪਹਿਲੀ ਗੱਲ ਤਾਂ ਇੱਕ ਡਿਮਾਂਡ ਹੁੰਦੀ ਆ ਤੇ ਬਾਕੀ ਬਾਈ ਜੀ ਜਿਨ੍ਹਾਂ ਨੇ ਲੈਣਾ ਹੁੰਦਾ ਉਹਨਾਂ ਨੂੰ ਕੋਈ ਇਹ ਰੇਟ ਜ਼ਿਆਦੇ ਨਹੀਂ ਲੱਗਦਾ ਹੁੰਦਾ ਕਿਉਂਕਿ ਮਾਰਕੀਟ ਵੈਲਿਊ ਰੇਟ ਆ ਤੇ ਹੁਣ ਅੱਗੇ ਗੱਲ ਕਰਦੇ ਬਾਈ ਜੀ ਝੋਨੇ ਵਾਲੀ ਥਰੇਸਰ ਦੀ ਪੈੜੀ ਥਰੇਸਰ ਬਿਕਾਊਗਾ ਬਾਈ ਜੀ ਇਹ ਮਾਨਸੇ ਏਰੀਏ ਦੇ ਵਿੱਚ ਖੜਾ ਜੀ ਇਹ 2011 ਮਾਡਲ ਆ ਜੀ ਇਹ ਥਰੇਸਰ ਇਹ ਝੋਨਾ ਵਗੈਰਾ ਆ ਜਿਹੜੀ ਬਾਸਪਤੀ ਵਗੈਰਾ ਹੁੰਦੀ ਹੈ ਉਹ ਕੱਢਣ-ਕੁੱਢਣ ਤੇ ਸ਼ਾਇਦ ਕੰਮ ਆਉਂਦਾ ਹੁੰਦਾ ਹੈ ਇਹ ਤੇ ਬਾਕੀ ਬਾਜੀ ਕੋਈ ਰਿਪੇਅਰ-ਵਿਪੇਅਰ ਨਹੀਂ ਪਾਲਦਾ ਗਿਆ ਇਹ ਠੀਕ ਆ ਸਾਰਾ ਰੰਗ ਪੇਂਟ ਵਧੀਆ ਪਿਆ ਲੋਹਾ ਕਿਦੂ ਗਲੇ ਗਲੇ ਗੁਲੇ ਨਹੀਂਗਾ ਤੇ ਮਾਨਸਾ ਏਰੀਆ ਦੇ ਵਿੱਚ ਬਾਜੀ ਖੜਾ ਵਾ ਡਿਮਾਂਡ ਦੀ ਗੱਲ ਕਰੀਏ 85000 ਡਿਮਾਂਡ ਹੈ ਇਹਦੀ ਠੀਕ ਆ ਜੀ ਇਹਦੇ ਵਿੱਚੋਂ ਮੌਕੇ ਤੇ ਅਡਜਸਟਮੈਂਟ ਸਾਨੂੰ ਕੀਤੀ ਜਾਊਗੀ ਘਟ-ਵੱਧ ਰੇਟ ਕੀਤਾ ਜਾਊਗਾ ਸੋ ਉਹਦੀ ਤੁਸੀਂ ਫਿਕਰ ਟੈਨਸ਼ਨ ਨਾ ਲਿਓ ਜੀ ਤੇ ਇੱਕ ਬਾਈ ਜੀ ਕਮੈਂਟਾਂ ਵਿੱਚ ਰੇਟ ਵਗੈਰਾ ਨਾ ਜੱਜ ਕਰਿਆ ਕਰੋ ਤੇ ਸਿੱਧੀ ਮਾਲਕਾਂ ਨਾਲ ਡਾਇਰੈਕਟ ਗੱਲ ਕਰਿਆ ਕਰੋ ਜਿਹਨੇ ਲੈਣੀ ਹੋਵੇ ਅੱਗੇ ਗੱਲ ਕਰਦੇ ਆਂ ਬਾਈ ਜੀ ਰੀਪਰ ਦੀ ਤੂੜੀ ਵਾਲਾ ਬਾਈ ਜੀ ਰੀਪਰ ਵਿਕਾਊ ਆ ਇਹ ਪੂਰਾ ਸਾਫ਼ ਵਧੀਆ ਰੀਪਰ ਪਿਆ ਹੈ ਠੀਕ ਆ ਜੀ ਦੋ ਰੀਪਰ ਦੇ ਮਾਡਲ ਦੀ ਗੱਲ ਕਰੀਏ 2014 ਮਾਡਲ ਰੀਪਰ ਆ ਇਹ ਕੋਈ ਕੰਮ ਨਹੀਂ ਭਾਲਦਾ ਜੀ ਠੀਕ ਆ ਕੋਈ ਖਰਾਬ ਗਰੂਪ ਨਹੀਂ ਹੈਗਾਗਾ ਕੋਈ ਯਾਨੀ ਕਿ ਅੰਦਰੋਂ ਕੋਈ ਪੰਨ ਤੋੜ ਹੈ ਨਹੀਂ ਕੀ ਇਹ ਜੀ ਕੋਈ ਪੰਨ ਤੋੜ ਨਹੀਂ ਕੀਤੀ ਹੋਈ ਹੈਗੀ ਏਰੀਆ ਹੈਗਾ ਜੀ ਬਰਨਾਲਾ ਜਿੱਥੇ ਇਹ ਰੀਪਰ ਖੜਾ ਵਾ ਬਾਕੀ ਤੁਸੀਂ ਉੱਥੇ ਜਾ ਕੇ ਇਹ ਰੀਪਰ ਖਰੀਦ ਸਕਦੇ ਹੋ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਚਾਹਵਨ ਹੋਣ ਰੇਟ ਦੀ ਗੱਲ ਕਰੀਏ 1,40,000 ਡਿਮਾਂਡ ਆ ਤੇ ਨੰਬਰ ਸਕਰੀਨ ਦੇ ਤੁਹਾਨੂੰ ਸ਼ੋ ਹੋ ਰਹੇ ਨੇ ਉਹਨਾਂ ਨੂੰ ਫੋਨ ਲਾ ਕੇ ਰੀਪਰ ਖਰੀਦ ਸਕਦੇ ਹੋ ਜਿਹੜੇ ਮੇਰੇ ਵੀਰ ਸੱਜਣ ਮਿੱਤਰਾਂ ਨੂੰ ਲੋੜ ਹੋਵੇ ਇਹ ਰੀਪਰ ਦੀ ਤੇ ਹੁਣ ਅੱਗੇ ਗੱਲ ਕਰਦੇ ਆਂ ਬਾਈ ਜੀ ਮਹਿੰਦਰਾ 475 DI ਟਰੈਕਟਰ ਦੀ ਟਰੈਕਟਰ ਨੇ ਮਾਰ ਦੀ ਗੱਲ ਕਰੀਏ 1996 ਮਾਡਲ ਹੈ ਜੀ ਟਰੈਕਟਰ ਬਾਕੀ ਸਾਰਾ ਸਾਫ ਸੰਭਾਈ ਦੇ ਵਿੱਚ ਰੱਖਿਆ ਹੋਇਆ ਹੈ ਮਹਿੰਦਰਾ 475 ਹੈ ਜੀ ਇਹ ਠੀਕ ਹੈ ਜੀ DI ਬਾਕੀ ਸ਼ੋ ਵਗੈਰਾ ਦਾ ਰੰਗ ਰੀਮਾ ਵਗੈਰਾ ਦਾ ਰੰਗ ਮਗਰ ਲਈ ਇਸੇ ਗੀਅਰ ਇੰਜਨ ਦਾ ਰੰਗ ਸਾਰਾ ਵਧੀਆ ਪਿਆ ਜੀ ਟੌਪ ਕਲਾਸ ਦਾ ਰੰਗ ਪੇਂਟ ਹੈ ਕਿ ਤੋਂ ਰੰਗ ਪੇਂਟ ਯਾਨਕੀ ਖਰਾਬ ਖੁਰੂਬ ਜਾਂ ਉਹਨਾਂ ਹੈ ਨਹੀਂਗਾ ਆਦੇ ਮਾਡਲ ਦੇ ਹਿਸਾਬ ਨਾਲ ਪੂਰਾ ਸਹੀ ਆ। ਬਾਕੀ ਕੋਈ ਮਗੜਾੜ ਵਗੈਰਾ ਸਾਰੇ ਗਲੇ ਗੁਲੇ ਨਹੀਂਗੇ। ਆਹ ਕੋ ਵਗੈਰਾ ਮਗਰ ਲਈ ਸੇਡੀ ਕੰਡੀਸ਼ਨ ਬਾਈ ਜੀ ਤੁਹਾਨੂੰ ਸ਼ੋ ਹੋ ਰਹੀ ਆ ਜੀ। ਟਾਇਰਾਂ ਦੀ ਗੱਲ ਕਰੀਏ 65% ਟਾਇਰ ਨੇ ਜੀ। ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 75000 ਰੁਪਿਆ ਡਿਮਾਂਡ ਆ ਤੇ ਏਰੀਆ ਹੈਗਾ ਮਾਛੀਬੜਾ ਸਾਹਿਬ ਠੀਕ ਆ ਜੀ। ਬਾਕੀ ਤੁਸੀਂ ਕੰਪਲੀਟ ਉੱਥੇ ਜਾ ਕੇ ਇਹ ਟਰੈਕਟਰ ਖਰੀਦ ਵੇਖ ਸਕਦੇ ਹੋ ਖਰੀਦ ਸਕਦੇ ਹੋ ਤੇ ਨੰਬਰ ਨੇ ਬਾਈ ਜੀ ਜਿਹੜਾ ਉਹ ਸਕਰੀਨ ਦੇ ਹਲੇ ਤੁਹਾਨੂੰ ਫਲੈਸ਼ ਹੋ ਰਹੇ ਨੇ ਜਾਂ ਸ਼ੋ ਹੋ ਰਹੇ ਨੇ ਕਹ ਦੋ ਉਹਨਾਂ ਦਾ ਤੁਸੀਂ ਫੋਨ ਲਾ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਮੇਰੇ ਵੀਰ ਸੱਜਣ ਮਿੱਤਰਾਂ ਨੂੰ ਲੋਡ ਹੋਵੇ ਇਹ ਟਰੈਕਟਰ ਖਰੀਦਣ ਦੀ ਠੀਕ ਹੈ ਜੀ ਤੇ ਬਾਕੀ ਹੁਣ ਅੱਗੇ ਗੱਲ ਕਰਦੇ ਆ ਬਾਈ ਜੀ 43620 ਦੀ 4362 ਬਾਈ ਜੀ ਬਕਾਊ ਆ ਇਹ ਬਾਈ ਜੀ ਜਿਹੜੇ ਇਹ ਟਰੈਕਟਰ ਦੇ ਮਾਲਕ ਨਹੀਂ ਉਹ ਕੈਨੇਡਾ ਦੇ ਵਿੱਚ ਨਹੀਂ ਯਾਨੀ ਕਿ ਆਊਟ ਆਫ ਇੰਡੀਆ ਨੇ ਸੋ ਉਹਦੀ ਤੁਸੀਂ ਫਿਕਰ ਨਾ ਕਰੋ ਉਹਨਾਂ ਦਾ ਯਾਨੀ ਕਿ ਇੱਕ ਯਾਨੀ ਕਿ ਦੋਸਤ ਮਿੱਤਰ ਹੈਗਾ ਉਹ ਤੁਹਾਨੂੰ ਟਰੈਕਟਰ ਦਿਖਾਊਗਾ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1995 ਮਾਡਲ ਹੈ ਜੀ ਇਹ ਟਰੈਕਟਰ ਟਾਇਰ ਟੱਪਾ ਬਾਈ ਜੀ ਸਾਰਾ ਕੁਝ ਵਧੀਆ ਪਿਆ ਜੀ ਕੋਈ ਇੰਜਨ ਦਾ ਕੰਮ ਨਹੀਂ ਭਾਲਦਾ ਜੀ ਕੋਈ ਗੇਅਰ ਦਾ ਕੰਮ ਨਹੀਂ ਕੋਈ ਮਗਰਲੇ ਇਸੇ ਤੋਂ ਆਵਾਜ਼ ਹੈ ਨਹੀਂ ਇਹਦੀ ਬਾਕੀ ਮਗਰਾੜ ਵਗੈਰਾ ਵਧੀਆ ਪਏ ਨੇ ਟੂਰੀ ਕੋਲ ਪੈਂਦਾ ਬਾਈ ਜੀ ਮਾਲਕਾਂ ਦਾ ਕੋਈ ਠੀਕਾ ਜੀ ਉੱਥੇ ਤੁਸੀਂ ਬਾਕੀ ਫੋਨ ਤੇ ਗੱਲ ਕਰ ਲਿਓ ਡਿਮਾਂਡ ਹੈਗੀ 2 ਲੱਖ ਰੁਪਈਆ ਤੇ ਬਾਈ ਜੀ ਜਿਹੜਾ ਇੱਕ ਨੰਬਰ ਸ਼ੋ ਹੋ ਰਿਹਾ 174 ਵਾਲਾ ਉਹ ਕੈਨੇਡਾ ਵਾਲੇ ਵੀਰ ਦਾ ਵਾ ਖੌਦਾ ਤੇ ਜਿਹੜਾ ਉਦੋਂ ਥੱਲੇ 5000 ਵਾਲਾ ਉਹ ਇੰਡੀਆ ਚਾ ਤੇ ਮੈਂ ਫੇਰ ਤੋਂ ਦੱਸ ਦਿੰਦਾ ਬਾਈ ਜੀ ਜਿਹੜਾ ਨੰਬਰ ਉੱਪਰ ਸ਼ੋ ਹੋ ਰਿਹਾ 174 ਵਾਲਾ ਉਹ ਮਾਲਕਾਂ ਦਾ ਨੰਬਰ ਹੈ ਜਿਹੜੇ ਕੈਨੇਡਾ ਨੇ ਤੇ ਜਿਹੜਾ ਥੱਲੇ ਨੰਬਰ ਸ਼ੋ ਹੋ ਰਿਹਾ ਉਹ ਉਹਨਾਂ ਦੋਸਤ ਮਿੱਤਰ ਦਾ ਜਿਹੜੇ ਸਾਨੂੰ ਟਰੈਕਟਰ ਦਿਖਾਉਣਗੇ ਤੇ ਬਾਕੀ ਤੁਸੀਂ ਕੰਪਲੀਟ ਡਿਟੇਲ ਜਾਣਕਾਰੀ ਮਾਲਕਾ ਤੋਂ ਲੈ ਸਕਦੇ ਹੋ ਟਰੈਕਟਰ ਦੀ ਵਟਸਐਪ ਤੇ ਮੈਸੇਜ ਕਰਕੇ ਠੀਕ ਹੈ ਜੀ ਤੇ ਧੰਨਵਾਦ ਬਾਈ ਜੀ ਵੀਡੀਓ ਪੂਰੀ ਵੇਖਣ ਦੇ ਲਈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ ਬਾਈ ਜੀ